जिमें ही 2022 दीआं चोणां नेड़े आ रही ने उमें ही पार्टियां दे विच फेर बदल जारी है। पठानकोट के हलका भोआ दे विच भाजपा ते अकाली दल नूं उस समय वड्डा झटका लग्गिआ जदों सैकड़े परिवार भाजपा अकाली दल नूं छड्ड के कांग्रेस पार्टी दे विच शामिल हो गए ने। जिला विधायक जोगिंदर पाल ने सिरोपा पा के पार्टी दे विच शामिल कीता। कांग्रेस च शामिल होए इन्हां मैंबरां दा कहना है कि उन्होंने पहला इन्ना मान सम्मान नहीं मिलिया ते उन्होंने पार्टी की हर नीति तो दूर रखा जाता सी, पर हुण उन्होंने लगता है कि उन्होंने बनता सम्मान मिलेगा अते वो लोगों की सेवा दे विच हाजिर रहेंगे। अज बहुत ही खुशी का दिन है, बड़ा अच्छा माहौल है कांग्रेस पार्टी का। अज दत्याल छोड़ियां दे विच मजीरी पिंड च अनेक पिंडां दे विचों अनेक परिवार जिहड़े है ਉਹ ਬੀਜੇਪੀ ਅਕਾਲੀ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਏ ਨੇ ਔਰ ਇਹ ਜਿਹੜੇ ਮੇਰੇ ਭਰਾ ਕਾਂਗਰਸ 'ਚ ਸ਼ਾਮਿਲ ਹੋਏ ਨੇ ਮੈਂ ਵਿਸ਼ਵਾਸ ਦਿਲਾਉਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਇਹਨਾਂ ਦਾ ਬੰਦਾ ਜਿਹੜਾ ਮਾਣ ਸਤਿਕਾਰ ਹੈ ਉਹ ਦਿੱਤਾ ਜਾਏਗਾ ਔਰ ਬਿਲਕੁਲ ਵੀ ਘਬਰਾਉਣ ਨਾ। ਜਦੋਂ ਪਰਿਵਾਰ ਵੱਡਾ ਹੁੰਦਾ ਜਾਂਦਾ ਤਾਂ ਉਹ ਪਰਿਵਾਰ ਦਾ ਜਿਹੜਾ ਵਿਕਾਸ ਵੀ ਹੋਣਾ ਸ਼ੁਰੂ ਹੋ ਜਾਂਦਾ ਅਤੇ ਮੇਰੀ ਇਹ ਜਿੰਨੇ ਵੀ ਮੇਰੇ ਭਰਾ ਪਾਰਟੀ ਦੇ ਵਿੱਚ ਆਏ ਨੇ ਬਿਲਕੁਲ ਘਬਰਾਉਣ ਨਾ, ਕਿਸੇ ਵੀ ਵਿਚੋਲੀਏ ਨੂੰ ਪਾਉਣ ਦੀ ਜ਼ਰੂਰਤ ਨਹੀਂ। 4.5 ਸਾਲ ਮੈਂ ਲੋਕਾਂ ਦੀ ਸੇਵਾ ਕੀਤੀ ਹੈ ਔਰ ਇਹ ਜਿੰਨੇ ਵੀ ਮੇਰੇ ਭੈਣ ਭਰਾ ਨੇ ਤੁਸੀਂ ਕਿਸੇ ਵੀ ਬੰਦੇ ਨੂੰ ਨਹੀਂ ਪਾਉਣਾ, ਸਿੱਧੇ ਮੇਰੇ ਕੋਲ ਆਓ, ਸਿੱਧੇ ਤੁਹਾਡੇ ਕੰਮ ਕੀਤੇ ਜਾਣਗੇ। ਨੌਜਵਾਨ ਬੱਚੇ ਆ ਜਿਹੜੇ ਇਹਨਾਂ ਬੱਚਿਆਂ ਨੂੰ ਖੇਡਣ ਵਾਸਤੇ ਜੋ ਮੰਗਣਗੇ ਦੇਣਾ ਪਿਆ। 40 ਸਾਲ ਦੇ ਬੀਜੇਪੀ ਦੇ ਜਿਹੜੇ ਦੇ ਅਤੇ ਬੀਜੇਪੀ ਨੇ ਉਹ ਧਾਰਾਂ ਮਾਰੀਆਂ, ਉਹ ਛਿੱਤਰ ਮਾਰੇ ਸਾਨੂੰ ਕਿ ਪੁੱਛੋ ਨਹੀਂ, ਸਾਨੂੰ ਸਾਲ ਹੀ ਹੋਇਆ ਇੱਧਰ ਆਏ ਦੇ ਅਤੇ ਅਸੀਂ ਇਹਨਾਂ ਦੇ ਕੰਮਾਂ ਤੋਂ ਇੰਨੇ ਕੁ ਖੁਸ਼ ਹੋਏ ਹਾਂ। ਇਹਨਾਂ ਕਦੀ ਕਿਤੇ ਪਰਚਾ ਨਹੀਂ ਕਰਾਇਆ, ਇਹ ਬੀਜੇਪੀ ਦਾ, ਇਹ ਅਕਾਲੀ ਆ, ਕਿਸੇ ਦੇ ਪਰਚਾ ਨਹੀਂ ਕਰਾਇਆ। ਇਹਨਾਂ ਸਾਨੂੰ ਪੂਰਾ ਮਾਣ ਸਨਮਾਨ ਦਿੱਤਾ, ਇੰਨਾ ਕੁ ਮਾਣ ਸਨਮਾਨ ਦਿੱਤਾ ਕਿ ਇੰਨਾ ਸਾਨੂੰ 40 ਸਾਲਾਂ 'ਚ ਨਹੀਂ ਮਿਲਿਆ ਜਿੰਨਾ ਇਹਨਾਂ 1.5 ਸਾਲ 1.5 ਸਾਲ 'ਚ ਸਾਨੂੰ ਮਾਣ ਸਨਮਾਨ ਦਿੱਤਾ। ਉਹ ਐਵੇਂ ਭੌਂਕਦੇ ਆ ਕੁੱਤੇ, ਜਿਲ੍ਹੇ ਪਿੰਡ 'ਚੋਂ ਹਾਥੀ ਲੰਘਣ ਡਿਆ ਹੁੰਦਾ ਨਾ, ਚੈਂ ਚੈਂ ਕਰਦੇ ਕਿ ਅਸੀਂ ਫੜ ਲੈਣਾ, ਨਿਆਣੇ ਕਹਿੰਦੇ ਅਸੀਂ ਹਾਥੀ ਫੜ ਲੈਣਾ, ਹਾਥੀ ਚੁੱਪ ਕਰਕੇ ਲੰਘ ਜਾਂਦਾ ਅਤੇ ਉਹ ਆਪੇ ਥੱਲੇ ਬਹਿ ਜਾਂਦੇ ਆ। ਬਿਲਕੁਲ ਵਧੀਆ, ਇਹ ਅੱਗੇ 28 ਹਜ਼ਾਰ ਨਾਲ ਜਿੱਤੇ, ਐਤੀ ਜੇ 56 ਹਜ਼ਾਰ ਨਾਲ ਨਹੀਂ ਜਿਤਾਵਾਂਗੇ।